ਇੱਥੇ ਸ਼ਹਿਰ ਦੇ ਵਿੱਚ ਹਰ ਰੋਜ਼ ਜਾਮ ਰਹਿੰਦਾ ਹੈ ਅਤੇ ਮਿਊਂਸਪੈਲਿਟੀ ਕੋਈ ਧਿਆਨ ਨਹੀਂ ਦੇ ਰਹੀ ਸੀ। ਸਾਰੇ ਸ਼ਹਿਰਾਂ ਦੇ ਵਿੱਚ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਆਰਡਰ ਕੀਤਾ ਹੋਇਆ ਕਿ ਜਿੱਥੇ ਵੀ ਸਰਕਾਰੀ ਜਗ੍ਹਾ 'ਤੇ ਇੰਕਰੋਚਮੈਂਟ ਕੀਤੀ ਹੋਈ ਹੈ ਉਹ ਸਾਰੀ ਢਵਾਉਣੀ ਹੈ। ਮਾਨਸਾ ਦੇ ਵਿੱਚ ਇਹ ਜਿਹੜੀ ਗਊਸ਼ਾਲਾ ਰੋਡ ਹੈ ਇਹਦੇ ਬੈਕ ਸਾਈਡ 'ਤੇ ਜਿਹੜੀ ਰੋਡ ਹੈ 6-6 ਫੁੱਟ ਉੱਥੇ, ਜੋ ਮਧੇਆ ਵਾਲੀ ਰੋਡ ਹੈ 6-6 ਫੁੱਟ ਉੱਥੇ, ਗਊਸ਼ਾਲਾ ਰੋਡ 'ਤੇ 6-6 ਫੁੱਟ ਉੱਥੇ, 8-8 ਫੁੱਟ ਜਿਹੜੀ ਮੁਰਦਘਾਟ ਨੂੰ ਜਾਂਦੀ ਹੈ ਪਿੱਛੇ ਜਾਂਦੀ ਸਪੀਡ 'ਚ ਉੱਥੇ ਵੀ ਰੋਕੀ ਹੋਈ ਹੈ ਸਾਰੀ ਜਗ੍ਹਾ। ਆਹ ਜਿਹੜੀਆਂ ਸਾਰੀਆਂ ਗਲੀਆਂ ਨੇ ਜੈਨ ਸਕੂਲ ਤੋਂ ਲੈ ਕੇ ਜਿਹੜੀਆਂ ਮੰਦਰ ਵਾਲੀ ਗਲੀ ਤੱਕ ਸਾਰੀਆਂ ਦੋਨੇ ਪਾਸੇ 8-8 ਫੁੱਟ ਰੋਕੀਆਂ ਹੋਈਆਂ ਨੇ। ਜਿੰਨੀ ਸਾਰੀ ਦਾਣਾ ਮੰਡੀ ਹੈ 8-8 ਫੁੱਟ ਬਰਾਂਡੇ ਰੋਕੇ ਹੋਏ ਨੇ, ਉਹਦੇ ਅੱਗੇ ਵਾਲੇ ਪਾਸੇ ਫਿਰ ਲੋਕਾਂ ਨੇ ਇਨਕਰੋਚਮੈਂਟ ਕੀਤੀ ਹੋਈ ਹੈ। ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਹਸਪਤਾਲ ਰੋਡ 'ਤੇ 9-9 ਫੁੱਟ ਰੋਕਿਆ ਹੋਇਆ, ਹਾਈਕੋਰਟ ਦੀ ਰੂਲਿੰਗ ਹੈ, ਹਾਈਕੋਰਟ ਦਾ ਆਰਡਰ ਹੈ, ਜੇ ਕਿਸੇ ਨਾਲ ਵਿਤਕਰਾ ਕੀਤਾ ਗਿਆ ਤਾਂ ਸ਼ਹਿਰ ਨਿਵਾਸੀ ਇਕੱਠੇ ਹੋ ਕੇ ਉਹਨਾਂ ਨੂੰ ਢਾਉਣਗੇ ਆਪ। ਇਹ ਅਸੀਂ ਇਹ ਪ੍ਰਸ਼ਾਸਨ ਨੂੰ ਕਹਿਣਾ ਵੀ ਕਿਸੇ ਨਾਲ ਵਿਤਕਰਾ ਨਾ ਕੀਤਾ ਜਾਵੇ, ਜਿੱਥੇ ਵੀ ਨਜਾਇਜ਼ ਸਾਰੀਆਂ ਕੀਤੀਆਂ ਹੋਈਆਂ ਸਾਰੀਆਂ ਢਵਾਉਣੀਆਂ ਚਾਹੀਦੀਆਂ। ਅਸੀਂ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਬਹੁਤ ਦਿਨ ਬਾਅਦ ਹਾਂ, ਉਹਦੇ ਪਿੱਛੇ ਜਿਹੜੀ ਜਿਹੜੇ ਸਾਡੇ ਜੋ ਸਿਨੇਮਾ ਰੋਡ ਹੈ, ਸਿਨੇਮਾ ਰੋਡ 'ਤੇ ਸਾਨੂੰ ਕਿਤੇ ਨਜਾਇਜ਼ ਕਬਜ਼ਾ ਨਜ਼ਰ ਨਹੀਂ ਆਇਆ। ਜੋ ਕਚਹਿਰੀ ਰੋਡ ਹੈ ਉੱਥੇ ਥੋੜ੍ਹਾ ਨਜਾਇਜ਼ ਕਬਜ਼ਾ ਹੈ, ਉਹ ਮਿਊਂਸਪੈਲਿਟੀ ਜਿਹੜੇ ਬਰਾਂਡੇ ਸੀ ਉਹਨਾਂ ਨੂੰ ਦੁਕਾਨਾਂ ਬਣਾ ਤਾ ਲੋਕਾਂ ਨੇ, ਉਹ ਵੀ ਟਾਉਣ ਵਾਲੀਆਂ ਨੇ। ਸਾਡੇ ਕੋਲ ਸਾਰੇ ਜਿੱਥੇ ਵੀ ਇਨਕਰੋਚਮੈਂਟ ਹੈ ਮੇਰੇ ਕੋਲ ਸਾਰੇ ਸ਼ਹਿਰ ਦੀਆਂ ਫੋਟੋਆਂ ਨੇ। ਮੈਂ ਮਾਣਯੋਗ DC ਸਾਹਿਬ ਨੂੰ ਕੱਲ੍ਹ ਵੀ ਬੋਲ ਕੇ ਆਇਆ ਸੀ ਕਿ ਸਰ ਮੇਰੇ ਕੋਲ ਫੋਟੋਆਂ ਨੇ, ਅਗਰ ਤੁਹਾਨੂੰ ਜ਼ਰੂਰਤ ਹੋਵੇ ਤਾਂ ਮੈਂ ਇੱਥੋਂ ਲੈ ਸਕਦੇ ਹਾਂ। ਇੱਥੇ ਸ਼ਹਿਰ ਦੇ ਵਿੱਚ ਹਰ ਰੋਜ਼ ਜਾਮ ਰਹਿੰਦਾ ਅਤੇ ਮਿਊਂਸਪੈਲਿਟੀ ਕੋਈ ਧਿਆਨ ਨਹੀਂ ਦੇ ਰਹੀ ਸੀ। ਸਾਰੇ ਸ਼ਹਿਰਾਂ ਦੇ ਵਿੱਚ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਆਰਡਰ ਕੀਤਾ ਹੋਇਆ ਕਿ ਜਿੱਥੇ ਵੀ ਸਰਕਾਰੀ ਜਗ੍ਹਾ 'ਤੇ ਇਨਕਰੋਚਮੈਂਟ ਕੀਤੀ ਹੋਈ ਹੈ ਉਹ ਸਾਰੀ ਢਵਾਉਣੀ ਹੈ। ਮਾਨਸਾ ਦੇ ਵਿੱਚ ਇਹ ਜਿਹੜੀ ਗਊਸ਼ਾਲਾ ਰੋਡ ਹੈ ਇਹਦੇ ਬੈਕ ਸਾਈਡ 'ਤੇ ਜਿਹੜੀ ਰੋਡ ਹੈ 6-6 ਫੁੱਟ ਉੱਥੇ, ਜੋ ਮਧੇਆ ਵਾਲੀ ਰੋਡ ਹੈ 6-6 ਫੁੱਟ ਉੱਥੇ, ਗਊਸ਼ਾਲਾ ਰੋਡ 'ਤੇ 6-6 ਫੁੱਟ ਉੱਥੇ, 8-8 ਫੁੱਟ ਜਿਹੜੀ ਮੁਰਦਘਾਟ ਨੂੰ ਜਾਂਦੀ ਹੈ ਪਿੱਛੇ ਜਾਂਦੀ ਸਪੀਡ 'ਚ ਉੱਥੇ ਵੀ ਰੋਕੀ ਹੋਈ ਹੈ ਸਾਰੀ ਜਗ੍ਹਾ। ਆਹ ਜਿਹੜੀਆਂ ਸਾਰੀਆਂ ਗਲੀਆਂ ਨੇ ਜੈਨ ਸਕੂਲ ਤੋਂ ਲੈ ਕੇ ਜਿਹੜੀਆਂ ਮੰਦਰ ਵਾਲੀ ਗਲੀ ਤੱਕ ਸਾਰੀਆਂ ਦੋਨੇ ਪਾਸੇ 8-8 ਫੁੱਟ ਰੋਕੀਆਂ ਹੋਈਆਂ ਨੇ। ਜਿੰਨੀ ਸਾਰੀ ਦਾਣਾ ਮੰਡੀ ਹੈ 8-8 ਫੁੱਟ ਬਰਾਂਡੇ ਰੋਕੇ ਹੋਏ ਨੇ, ਉਹਦੇ ਅੱਗੇ ਵਾਲੇ ਪਾਸੇ ਫਿਰ ਲੋਕਾਂ ਨੇ ਇਨਕਰੋਚਮੈਂਟ ਕੀਤੀ ਹੋਈ ਹੈ। ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਹਸਪਤਾਲ ਰੋਡ 'ਤੇ 9-9 ਫੁੱਟ ਰੋਕਿਆ ਹੋਇਆ, ਹਾਈਕੋਰਟ ਦੀ ਰੂਲਿੰਗ ਹੈ, ਹਾਈਕੋਰਟ ਦਾ ਆਰਡਰ ਹੈ, ਜੇ ਕਿਸੇ ਨਾਲ ਵਿਤਕਰਾ ਕੀਤਾ ਗਿਆ ਤਾਂ ਸ਼ਹਿਰ ਨਿਵਾਸੀ ਇਕੱਠੇ ਹੋ ਕੇ ਉਹਨਾਂ ਨੂੰ ਢਾਉਣਗੇ ਆਪ। ਇਹ ਅਸੀਂ ਇਹ ਪ੍ਰਸ਼ਾਸਨ ਨੂੰ ਕਹਿਣਾ ਵੀ ਕਿਸੇ ਨਾਲ ਵਿਤਕਰਾ ਨਾ ਕੀਤਾ ਜਾਵੇ, ਜਿੱਥੇ ਵੀ ਨਜਾਇਜ਼ ਸਾਰੀਆਂ ਕੀਤੀਆਂ ਹੋਈਆਂ ਸਾਰੀਆਂ ਢਵਾਉਣੀਆਂ ਚਾਹੀਦੀਆਂ। ਅਸੀਂ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਬਹੁਤ ਦਿਨ ਬਾਅਦ ਹਾਂ, ਉਹਦੇ ਪਿੱਛੇ ਜਿਹੜੀ ਜਿਹੜੇ ਸਾਡੇ ਜੋ ਸਿਨੇਮਾ ਰੋਡ ਹੈ, ਸਿਨੇਮਾ ਰੋਡ 'ਤੇ ਸਾਨੂੰ ਕਿਤੇ ਨਜਾਇਜ਼ ਕਬਜ਼ਾ ਨਜ਼ਰ ਨਹੀਂ ਆਇਆ। ਜੋ ਕਚਹਿਰੀ ਰੋਡ ਹੈ ਉੱਥੇ ਥੋੜ੍ਹਾ ਨਜਾਇਜ਼ ਕਬਜ਼ਾ ਹੈ, ਉਹ ਮਿਊਂਸਪੈਲਿਟੀ ਜਿਹੜੇ ਬਰਾਂਡੇ ਸੀ ਉਹਨਾਂ ਨੂੰ ਦੁਕਾਨਾਂ ਬਣਾ ਤਾ ਲੋਕਾਂ ਨੇ, ਉਹ ਵੀ ਟਾਉਣ ਵਾਲੀਆਂ ਨੇ। ਸਾਡੇ ਕੋਲ ਸਾਰੇ ਜਿੱਥੇ ਵੀ ਇਨਕਰੋਚਮੈਂਟ ਹੈ ਮੇਰੇ ਕੋਲ ਸਾਰੇ ਸ਼ਹਿਰ ਦੀਆਂ ਫੋਟੋਆਂ ਨੇ। ਮੈਂ ਮਾਣਯੋਗ DC ਸਾਹਿਬ ਨੂੰ ਕੱਲ੍ਹ ਵੀ ਬੋਲ ਕੇ ਆਇਆ ਸੀ ਕਿ ਸਰ ਮੇਰੇ ਕੋਲ ਫੋਟੋਆਂ ਨੇ, ਅਗਰ ਤੁਹਾਨੂੰ ਜ਼ਰੂਰਤ ਹੋਵੇ ਤਾਂ ਮੈਂ ਇੱਥੋਂ ਲੈ ਸਕਦੇ ਹਾਂ।